PTN 24 ਦੇ ਨਾਲ ਜੁੜ ਚੁੱਕੇ ਸਾਰੇ ਭੈਣਾਂ ਭਰਾਵਾਂ ਨੂੰ ਬੋਪਰਾ ਸ਼ੋਅ ਦੇ ਵਿੱਚ ਜੀ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਜਿਹੜਾ ਲੌਂਗ ਵੀਕਐਂਡ ਦੇ ਸੋਮਵਾਰ ਜੀ ਆਪ ਜੀ ਦੇ ਨਾਲ ਗੱਲਬਾਤ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦਾ ਕੀ ਕਨਸੈਪਟ ਹੈ, ਕੀ ਸਾਨੂੰ ਗੁਰੂ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਜੋ ਕੰਮਕਾਜ ਸੀ ਉਹ ਕਰਨ ਨੂੰ ਦਿੱਤੇ ਸੀਗੇ, ਕਿਸ ਤਰ੍ਹਾਂ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਨੂੰ ਹੋਣ ਦੇ ਵਿੱਚ ਲਿਆਂਦਾ, ਕੀ ਸਟੈਪ ਜਿਹੜੇ ਆ ਗੁਰੂ ਸਾਹਿਬ ਜੀ ਨੇ ਇਸ ਗੁਰਦੁਆਰੇ ਹੋਏ ਸੋਝੀ ਪਾਏ ਸੀ ਜਾਂ ਘਰ ਘਰ ਹੋਵੇ ਧਰਮਸਾਲ। ਸੋ ਇਸ ਦਾ ਮਕਸਦ ਪਿੱਛੇ ਕੀ ਸੀ, ਬਿਹਾਈਂਡ ਦਾ ਸੀਨ, ਇਸ 'ਤੇ ਕਿਸ ਤਰ੍ਹਾਂ ਵਰਕ ਕੀਤਾ ਸਾਡੇ ਗੁਰੂ ਸਾਹਿਬਾਨਾਂ ਨੇ, ਕਿਉਂਕਿ 10 ਗੁਰੂ ਸਾਹਿਬਾਨ ਹੋਏ ਆ ਪਰ ਜੋਤ ਉਹਨਾਂ ਦੇ ਵਿੱਚ ਇੱਕ ਸੀਗੀ ਅਤੇ 10ਵੇਂ ਪਾਤਸ਼ਾਹ ਨੇ ਇਹ ਜੋਤ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਕੇ ਅਤੇ ਸਾਨੂੰ ਹੁਕਮ ਕਰ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਰਹੇ ਹਾਂ ਔਰ ਦੁਨੀਆ ਦੇ ਵਿੱਚ ਜਿੰਨੇ ਵੀ ਸਾਡੇ ਸਿੱਖ ਵੱਸਦੇ ਹਨ ਚਾਹੇ ਉਹ ਕਿਸੇ ਵੀ ਤਬਕੇ ਦੇ ਨਾਲ ਸੰਬੰਧਿਤ, ਕਿਉਂਕਿ ਤਬਕੇ ਦਾ ਕਹਿਣ ਦਾ ਮਤਲਬ ਆ ਕਿ ਸਿੱਖਾਂ ਦੇ ਵਿੱਚ ਅੱਜ ਕੱਲ੍ਹ ਕਾਫੀ ਜ਼ਿਆਦਾ ਗਰੁੱਪ ਆ ਗਏ ਹਨ ਹੋਣ ਦੇ ਵਿੱਚ, ਪਰ ਹਰ ਜਿਹੜਾ ਸਿੱਖ ਆ ਚਾਹੇ ਉਹ ਗੁਰਸਿੱਖ ਆ, ਚਾਹੇ ਅੰਮ੍ਰਿਤਧਾਰੀ ਆ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਆ ਸਰੂਪ ਦੇ ਵਿੱਚ, ਉਹ ਆਪਣਾ ਇਸ਼ਟ ਆਪਣਾ ਗੁਰੂ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਔਰ ਦੂਸਰੇ ਜਿਹੜੇ ਸਾਡੇ ਗ੍ਰੰਥ ਆ ਉਹਨਾਂ ਦਾ ਉਹ ਸਤਿਕਾਰ ਕਰਦਾ ਐਜ ਜੇ ਗੁਰੂ ਬਾਣੀ ਦੇ ਰੂਪ ਦੇ ਵਿੱਚ। ਤੁਰਕੀ ਬਾਣੀ ਜਿਹੜੀ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆ, ਗੁਰਬਾਣੀ ਜਿਹੜੀ ਹੈਗੀ ਆ ਹੋਰ ਬਹੁਤ ਜਗ੍ਹਾ 'ਤੇ ਲਿਖੀ ਗਈ ਆ ਔਰ ਸਾਨੂੰ ਹੁਕਮ ਹੈ, ਸਾਡੀ ਮਰਿਆਦਾ ਵੀ ਜਿਹੜੀ ਕਹਿੰਦੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਬਾਣੀਆਂ ਉਹ ਗਾਈਆਂ ਜਾ ਸਕਦੀਆਂ ਹਨ, ਉਹਨਾਂ ਨੂੰ ਪੜ੍ਹਿਆ ਜਾ ਸਕਦਾ ਹੈ, ਉਹਨਾਂ ਨੂੰ ਸੁਣਿਆ ਜਾ ਸਕਦਾ ਹੈ, ਵਿਚਾਰਿਆ ਜਾ ਸਕਦਾ ਹੈ। ਸੋ ਇਸੇ ਤਰ੍ਹਾਂ ਹੀ ਸਾਡਾ ਸਿੱਖ ਇਤਿਹਾਸ ਹੈ ਅਤੇ ਆਪਾਂ ਉਸ ਇਤਿਹਾਸ ਦੀ ਜਿਹੜੀ ਗੱਲ ਹੈ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜਾ ਗੁਰਦੁਆਰਾ ਸਾਹਿਬ ਹੋਣ ਦੇ ਵਿੱਚ ਆਇਆ, ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਜਿਹੜਾ ਇਤਿਹਾਸ ਆਪ ਜੀ ਦੇ ਨਾਲ ਵਿਚਾਰਿਆ ਸੀ ਅਤੇ ਅੱਜ ਜਿਹੜਾ ਹੈ ਜੀ ਆਪਾਂ ਉਸੇ ਲੜੀ ਨੂੰ ਅੱਗੇ ਤੋਰਨਾ ਹੈ। ਇੱਕ ਬਹੁਤ ਹੀ ਪਿਆਰਾ ਜਿਹੜਾ ਸ਼ਾਇਰ ਆ ਉਹ ਕਹਿੰਦਾ ਜੀ, ਮੇਰੀ ਸਦਕੋ ਦਬਾਣਾ ਤੋਂ ਮੁਮਕਿਨ ਹੈ, ਮੇਰੀ ਸਦ ਕੋ ਦਬਾਣਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ, ਮੇਰੇ ਖਿਆਲ ਕੀ ਪ੍ਰਵਾਜ਼ ਕੋ ਰੋਕਣੇ ਵਾਲੇ, ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਸੋ ਐਸੇ ਜਿਹੜਾ ਮਹਾਂਬਲੀ ਯੋਧਾ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਆਪਾਂ ਉਹਨਾਂ ਦੇ ਜੀਵਨ ਤੋਂ ਸ਼ੁਰੂਆਤ ਕਰਨੀ ਕਿ ਉਹਨਾਂ ਨੇ ਸਾਨੂੰ ਕੀ ਦੇਣ ਦਿੱਤੀ ਆ ਕਿ ਇਹ ਜਿਹੜੇ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਹੋਈ ਹੈ ਧਰਮਸਾਲ ਦੀ ਔਰ ਕਿਸ ਤਰ੍ਹਾਂ ਇਹ। ਸੋ ਸਾਡੇ ਨਾਲ ਬਹੁਤ ਹੀ ਪਿਆਰੀ ਸ਼ਖਸੀਅਤ ਦੀ ਪਿਛਲੇ ਹਫ਼ਤੇ ਦੀ ਤਰ੍ਹਾਂ ਸਰਦਾਰ ਸੋਹਣ ਸਿੰਘ ਜੀ ਖਾਲਸਾ ਸਾਡੇ ਨਾਲ ਹਾਜ਼ਰ ਨੇ ਔਰ ਆਓ ਆਪਾਂ ਉਹਨਾਂ ਦੇ ਨਾਲ ਇਸ ਜਿਹੜਾ ਆਪਾਂ ਟੌਪਿਕ ਛੱਡਿਆ ਸੀਗਾ, ਜਿਹੜਾ ਆਪਾਂ ਵਿਸ਼ਾ ਛੱਡਿਆ ਸੀਗਾ ਪਿਛਲੇ ਹਫ਼ਤੇ ਗੁਰਦੁਆਰਾ ਸਾਹਿਬ, ਉਸ ਦੀ ਸਾਂਝ ਪਾਉਂਦੇ ਹਾਂ ਸੋਹਣ ਸਿੰਘ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਪਿਛਲੇ ਹਫ਼ਤੇ ਜਿਹੜੀ ਆ ਜੀ ਗੱਲਬਾਤ ਜਿਹੜੀ ਆਪਾਂ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦਾ ਕਨਸੈਪਟ, ਗੁਰਦੁਆਰਾ ਸਾਹਿਬ ਦਾ ਮਕਸਦ ਕੀ ਆ, ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕੁਰਬਾਨੀਆਂ ਕਰਕੇ ਸਾਡੇ ਲਈ ਇਕੱਠੇ ਬਹਿਣ ਦੇ ਲਈ ਜਿਹੜਾ ਇੱਕ ਸਾਨੂੰ ਜਿਹੜਾ ਦਿੱਤਾ ਸੀ ਦੁਆਰ, ਕਿ ਜਿੱਥੇ ਬਹਿ ਕੇ ਸਿੱਖ ਆਪਣੇ ਦੁੱਖ ਸੁੱਖ ਵੀ ਬੋਲ ਸਕਦਾ, ਗੁਰੂ ਨਾਲ ਜੁੜ ਵੀ ਸਕਦਾ ਵਾ, ਉਸ ਤੋਂ ਰੂਹਾਨੀ ਗਿਆਨ ਵੀ ਪ੍ਰਾਪਤ ਕਰ ਸਕਦਾ ਵਾ ਔਰ ਆਪਣੇ ਲੋੜ ਦੀਆਂ ਜਿਹੀਆਂ ਚੀਜ਼ਾਂ ਵਾ ਉਸ ਨੂੰ ਉੱਥੇ ਜਾ ਕੇ ਉਹ ਇੱਕ ਦੂਜੇ ਨਾਲ ਡਿਸਕਸ ਕਰ ਸਕਦੇ ਹਾਂ। ਸੋ ਬਾਂਹ ਵੀ ਦੂਜੇ ਜਿਹੜੇ ਹੈਗੇ ਆ ਜੀ ਉਹ ਨਿਮਾਣੇ ਦੀ ਜਿਹੜੀ ਆ ਗੁਰੂ ਸਾਹਿਬ ਨੇ ਫੜਨ ਨੂੰ ਕਿਹਾ ਵਾ। ਸੋ ਇਹ ਜਿਹੜਾ ਆਪਾਂ 5ਵੇਂ ਪਾਤਸ਼ਾਹ ਤੱਕ ਇਤਿਹਾਸ ਵਾਚਿਆ ਸੀਗਾ ਕਿ ਕਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਾਨੂੰ ਮੱਲ ਅਖਾੜੇ ਦਿੱਤੇ ਆ, ਸਾਨੂੰ ਲੰਗਰ ਦੀ ਪ੍ਰਥਾ ਦਿੱਤੀ ਆ, ਸਾਨੂੰ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦਵਾਖਾਨੇ ਜਿਹੜੇ ਗੁਰੂ ਸਾਹਿਬ ਨੇ ਦਿੱਤੇ, ਅਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਭਾਈ ਜਸਵੀਰ ਸਿੰਘ ਜੀ, ਜਦੋਂ ਅਸੀਂ ਗੁਰਬਾਣੀ ਤੋਂ ਸਿੱਧ ਲੈਂਦੇ ਹਾਂ ਅਤੇ ਜੋ ਤੋਹਾ ਜੁਗਤ ਸਾਹਿਬ ਸਹਿਕਾਇਆ ਫਿਰ ਲੱਟੀਏ, ਜਾਂ ਮਹਿਮਾ ਪ੍ਰਕਾਸ਼ ਦੇ ਵਿੱਚੋਂ ਲੈਂਦੇ ਹਾਂ, 10 ਜਾਮੇ ਬਾਬੇ ਨਾਨਕ ਜੀ ਹੈਨ ਧਾਰੇ, ਦਸੇ ਮਹਿਲ ਜੋਤ ਇੱਕੋ ਸਰੀਰ ਨਿਆਰੇ ਨਿਆਰੇ। 10 ਜਾਮਿਆਂ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ ਸੰਪੂਰਨ ਮਨੁੱਖ ਦੀ ਘਾੜਤ ਘੜੀ, ਖਾਲਸਾ ਉਹਦਾ ਸ਼ਿਖਰ ਹੈ। ਬਿਲਕੁਲ, ਸਾਡੇ ਕੋਲ ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਉਹ ਸਿਧਾਂਤ ਹੀ ਮੀਰੀ ਅਤੇ ਪੀਰੀ ਦਾ ਆ, ਇਹ ਸਿਧਾਂਤ ਹੀ ਸੰਤ ਅਤੇ ਸਿਪਾਹੀ ਦਾ ਆ, ਇਹ ਸਿਧਾਂਤ ਹੀ ਦੇਗ ਅਤੇ ਤੇਗ ਦਾ ਆ, ਦੇਗ ਦੀ ਫਤਿਹ। ਅਸੀਂ ਕਹਿੰਦੇ ਨਾ ਦੇਗ ਦੇਗ ਫਤਿਹ, ਦੇਗ ਦੀ ਫਤਿਹ ਦਾ ਮਤਲਬ ਹੈ ਇਸ ਸੰਸਾਰ ਵਿੱਚ ਕੋਈ ਭੁੱਖਾ ਨਾ ਸੌਵੇ, ਤੇਗ ਦੀ ਫਤਿਹ ਦਾ ਮਤਲਬ ਕਿਸੇ ਦਾ ਸਿਰ ਵੱਢਣਾ ਨਹੀਂ ਹੈ,
तेग दी फतेह दा मतलब ए है कि सिख दी तलवार ने दुश्मन दी तलवार नू ओदी म्यान तो बाहर नहीं आउण देना। इट इज एस्टैबलिशमेंट ऑफ ह्यूमन जिहड़ा दिस इज ह्यूमन राइट्स, ये मनुखी अधिकारां दी स्थापना दे लई तलवार जिहड़ी सिख ने चुकनी है। तेग दी फतेह दा मतलब किते को समझ लवे, साडे गुरु साहिबान ने जिन्नियां भी जंगां लड़ियां ने उन्हां विच कदी भी हमला नहीं कीता, सगो आए हुए हमला आवर नूं मूंह तोड़वां जवाब दिता। इस तो पहला कि आप अज गुरु हरगोबिंद साहब सच्चे पातशाह जी महाराज जी की देन है जिहड़ी, उहदे ते गल करिए। आप पहला पिछले प्रोग्राम नूं सम अप कर लईए। बिल्कुल, धन गुरु नानक साहब सच्चे पातशाह जी महाराज जी ने सानू संगती रूप दे विच दो संस्थावां दी बख्शिश कीती, एक शब्द की ज्ञान की, दूजी लंगर दी है। दोनों लंगर ने, वह ज्ञान का लंगर है, वह शरीर की भुख मिटाउण का लंगर है। हुण संगत शब्द इत्थे किते किसे नूं भुलेखा रह जावे, यह पाली भाषा का शब्द है। अच्छा, दो शब्दों का समेल है, संघ जमा गति। नेक कारज लई इकट्ठे चलण वाले लोकां दे समूह नूं संगत कहिंदे आ। हुण इकट्ठे चलना असीं गुरबाणी दे विच जदों असीं लैंदे आ, सत संगत मिल रही है माधो जैसे मधु मखीरा। हुण इक हिसाब ला के देखो, जिहड़ियां शहद दीआं मक्खियां ने उन्हां दीआं अलग अलग ड्यूटीज़ ने। कोई शहद इकट्ठा कर दिया, कोई छत्ते की राखी कर दिया, मेरे वर्गा चोरी ना कर लवे शहद, कुछ बच्चे दिंदियां ने, कुछ जिहड़े शेखाने वाले घर ने वह बनाउंदियां ने। लेकिन जो रात बीतती है सारिया एक जगह पर इकट्ठिया होकर बड़े प्रेम प्यार दे नाल वह रहिंदियां ने। इवें ही साडिया सारे ड्यूटियां जिहड़ियां ने अकाल पुरख साहब ने, वाहगुरु साहब ने, जां दुनियावी तौर पर साडिया लगिया हुई ने। असी काम सारिया ने अपने अपने करने, कित करनी है, कितने कोई समझे भी मैं नशे बेचता मैं कित करना, कोई चोरी करता मैं कित करता, वह कित नहीं है। गुरु साहब ने कित बित कर धर्म की कित करने की गल की है। तो इस करके असी सारे ने कित करके असी गुरुद्वारा साहब से इकट्ठे होना है, होए एकत्र मिलो मेरे भाई, दुविधा दूर करो लिवलाए। उत्थों असी अपनियां दुविधावां दूर करनियां ने, विचार वटांदरा भी करना। गुरु नानक साहब ने कहा नहीं, विचार वटांदरा करो, बैठ के गल करो, अपनियां मुश्किलों का हल कढो। जब लग दुनिया रही है नानक किस सुनिए किस कहिए, भाल थके हम रह ना पाया जीव दया मर रही है। गुरु नानक साहब ने सानू दो संस्थावां बख्श दित्तियां, इहदे अंदर दो संस्थावां होर गुरु अंगद साहब ने जोड़ दित्तियां, जिहड़ी विद्यक दुनियावी विद्या ते सिहत संस्था मल अखाड़े खोल दिते। गुरु अमरदास पातशाह जी ने सानू सुनेहा दित्ता भी सियासी तौर पर भी तुसीं तकड़े होना, मंजियां थाप दित्तियां। मसंद प्रथा गुरु रामदास पातशाह जी ने आरंभ कर दित्ती, व्यापार भी शुरू करवा दिता सिखां दा, बाजार बनवा दिते, सिखां नू कारोबार करना सिखाया। गुरु अर्जन साहब सच्चे पातशाह जी महाराज जी ने पोथी साहब के रूप के सानू धन गुरु ग्रंथ साहब की बख्शिश कर दिती, सिखां नू घोड़ियां का व्यापार करने भी भेज दिता, स्थापना जिहड़ी तरन तारण साहब शहर की भी कर दिती। हुण देखो गुरु घर के अंदर सिखां नू व्यापार करना भी सिखाया जा रहा। गुरु साहब ने दुआखाना भी तरन तारण साहब के अंदर खोलिया, इतने दवाइया की भी गल आ गई, इतने व्यापार की भी गल आ गई, इतने लंगर की भी गल आ गई, इतने समाज करो रीतां जिहड़ियां माड़ियां सी जिहदे विच बाल विवाह जिहदे अंदर सती प्रथा आउंदी सी, गुरु अमरदास पातशाह जी ने वह भी बंद करवाए, उहदे ते भी उपदेश कीता है। हुण अज की गुरद्वारा साहब के अंदर असी किते पुजारियां दे अड्डे ते नहीं बना रहे, सवाल यह पैदा हुंदा, असी गुरद्वारा साहब अपनी मंगां दी लिस्ट लैके किते नहीं जा रहे। अज क्यों नहीं, जदों मल अखाड़े खुले हुए ने गुरद्वारा साहब के नाल असी जिम बना सकते, बनाने चाहिए आ। साढ़े कोल मैं उन्हां सिखां नूं सलाम करना, उन्हां नूं सिर झुकदा मेरा, जो दिसै गुर सिखड़ा तिस निब निब लागू पाए जीओ। जिहड़े वड्डे वड्डे व्यापारी ने जिन्हां दे अंदर अज सिख कौम दा दर्द है, क्यों असी उन्हां लई दफ्तर नहीं बना रहे कि आओ तुसी ते वड्डे व्यापारी हो, तुसीं साडी आउण वाली पनीरी नूं व्यापार सिखा लो। क्योंकि जद तक आर्थिकता ते कंट्रोल नहीं जे हुंदा, भुलेखे च ना रह जाइओ कि सिख कौम चढ़नी कला च आ जाएगी। आर्थिकता बहुत वड्डी चीज है, अज अर्थ दे उत्ते दुनिया, ये जरूरी नहीं कि कल्ली आर्थिकता की लोड़ है। अज साडे कोल शेयर है किसी कवि का, जुदा हो दीन सियासत ते तो रह जाती है चंगेज़ी। चंगेज़ खान ही पैदा होणगे जे धर्म सियासत तो अलग कर दिता जाए। कि असी ये कभी सोचा, असी दफ्तर बना के उन्हां गुरसिखां नूं जिहड़े सफल बिजनेसमैन ने अपने आने वाले बच्चों सिखाइए। कि असी ये सोचा कि समाजिक तौर पर गुरु ग्रंथ साहब के अनुसार
ਕਿਹੋ ਜਿਹਾ ਜੀਵਨ ਸਾਡੇ ਗੁਰਸਿੱਖਾਂ ਨੂੰ ਜੀਣਾ ਚਾਹੀਦਾ ਤੇ ਆਉਣ ਵਾਲੀ ਪੀੜ੍ਹੀ ਨੂੰ ਦੇਣਾ ਚਾਹੀਦਾ। ਇਸ ਕਰਕੇ ਗੁਰਦੁਆਰਾ ਕਨਸੈਪਟ ਜਦੋਂ ਗੁਰੂ ਸਾਹਿਬ ਨੇ ਹਰੇਕ ਕੰਮ ਨੇਕੀ ਦਾ ਸਾਡੇ ਭਲੇ ਵਾਸਤੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਕੀਤਾ, ਗੁਰੂ ਗ੍ਰੰਥ ਸਾਹਿਬ ਅੱਜ ਦਸਾਂ ਗੁਰੂਆਂ ਦੀ ਜੋਤ ਦੇ ਰੂਪ ਵਿੱਚ ਮੌਜੂਦ ਨੇ, ਸੁਨੇਹਾ ਵੀ ਉਹੀ ਹੈ। ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਮੂਰਤੀਆਂ ਚੋਂ ਕੱਢ ਦਿੱਤਾ, ਬਿਲਕੁਲ ਪਖਾਨ ਗੱਢ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਤੋਂ ਗੱਢਣ ਹਾਰੇ ਖਾਓ। ਜਦੋਂ ਮੂਰਤੀਆਂ ਵਿੱਚੋਂ ਕੱਢ ਦਿੱਤਾ, ਅਸੀਂ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣਾ ਦਿੱਤੀ, ਅਸੀਂ ਦਸਾਂ ਗੁਰੂਆਂ ਦੀਆਂ ਮੂਰਤੀਆਂ ਬਣਾਤੀਆਂ ਕਿ ਇਹ ਵੀ ਤੇ ਮੂਰਤੀ ਪੂਜਾ ਹੀ ਹੈ। ਇਹਦਾ ਮਤਲਬ ਹੈ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਉਲਟ ਜਾ ਰਹੇ ਹਾਂ। ਸੋ ਅੱਜ ਦੀ ਜਿਹੜੀ ਸਮ ਅਪ ਕਰਨ ਦੀ ਗੱਲ ਆ ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਿਮ ਹੋਣੇ ਚਾਹੀਦੇ ਆ, ਗੁਰਦੁਆਰਾ ਸਾਹਿਬ ਦੇ ਨਾਲ ਸਾਨੂੰ ਦੁਨਿਆਵੀ ਵਿਦਿਆ ਦਾ ਬੱਚਿਆਂ ਲਈ ਪ੍ਰਬੰਧ ਕਰਨਾ ਚਾਹੀਦਾ, ਗੁਰਦੁਆਰਾ ਸਾਹਿਬ ਦੇ ਅੰਦਰ ਸਾਡੇ ਕੋਲ ਸਿੱਖਾਂ ਦੇ ਦਫ਼ਤਰ ਚਾਹੀਦੇ ਆ ਜਿਹੜੇ ਆਉਣ ਵਾਲੀ ਪਨੀਰੀ ਨੂੰ ਇਹ ਦੱਸਣ, ਬੱਚਿਓ ਅਸੀਂ ਸਫਲ ਬਿਜ਼ਨਸਮੈਨ ਇਸ ਕਰਕੇ ਬਣੇ ਹਾਂ, ਆਹ ਤੁਸੀਂ ਆਹ ਸੇਧ ਲੈ ਕੇ ਕੰਮ ਕਰੋ। ਮੈਂ ਇੱਕ ਇਗਜ਼ਾਮਪਲ ਵੀ ਦੇਣੀ ਚਾਹਾਂਗਾ, ਉਹ ਇਗਜ਼ਾਮਪਲ ਹੈ ਯਹੂਦੀ ਜਿਹੜੇ ਨੇ ਸੈਕੰਡ ਵਰਲਡ ਵਾਰ ਦੇ ਸਮੇਂ ਇਹਨਾਂ ਦੀ ਗਿਣਤੀ 1,70,00,000 ਸੀ ਸਿਰਫ, ਔਰ 60,00,000 ਯਹੂਦੀਆਂ ਦਾ ਹਿਟਲਰ ਨੇ ਕਤਲ ਕਰ ਦਿੱਤਾ। ਅੱਜ ਜਿਹੜਾ ਹਾਲ ਪੰਜਾਬ ਦੇ ਅੰਦਰ ਸਿੱਖਾਂ ਦਾ ਹੋ ਰਿਹਾ ਉਹੀ ਹਾਲ ਯਹੂਦੀਆਂ ਦਾ ਸੀ। ਯਹੂਦੀ ਵੀ ਭੁਲੇਖੇ ਵਿੱਚ ਸੀ, ਕੁਛ ਯਹੂਦੀ ਆਗੂ ਜਿਹੜੇ ਹਿਟਲਰ ਨਾਲ ਬੈਠ ਕੇ ਚਾਹ ਪੀਂਦੇ ਸੀ ਵੀ ਯਹੂਦੀ ਸਾਡੇ ਨਾਲ ਕਿਤੇ ਇੱਦਾਂ ਕਰਨ ਲੱਗਾ, ਲੇਕਿਨ ਜਿਹੜੇ ਕੁਛ ਯਹੂਦੀ ਅਗਾਂਹ ਵਧੂ ਸੋਚ ਰੱਖਦੇ ਸੀ ਉਹਨਾਂ ਨੇ ਅਵੇਅਰ ਵੀ ਕੀਤਾ ਕਿ ਨਹੀਂ ਤੁਹਾਡੇ ਨਾਲ ਆਹ ਹੋ ਸਕਦਾ। 1939 ਤੋਂ ਲੈ ਕੇ 1945 ਤੱਕ ਜਦੋਂ ਸੈਕੰਡ ਵਰਲਡ ਵਾਰ ਹੋਈ ਹੈ, ਕਤਲੇ ਆਮ ਕੀਤਾ ਗਿਆ। ਹਿਟਲਰ ਕਹਿੰਦਾ ਇਹਨਾਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਲੋੜ ਨਹੀਂ ਹੈ, ਗੋਲੀਆਂ ਮਹਿੰਗੀਆਂ, ਯਹੂਦੀ ਸਸਤੇ ਆ। ਉਹਨੇ ਚੈਂਬਰਾਂ 'ਚ ਬੰਦ ਕਰਕੇ ਜਿਹੜੀ ਗੱਡੀਆਂ ਦੇ ਸਲੰਸਰ ਨੇ ਉਹਦੇ ਪੈਪ ਲਾ ਦਿੱਤੇ, ਧੂੰਏ ਦੇ ਨਾਲ ਮਾਰੇ ਨੇ, ਕਿੱਦਾਂ ਤੜਪ ਤੜਪ ਕੇ ਉਹ ਮਰੇ ਹੋਣਗੇ। ਯਹੂਦੀ 1945 ਤੋਂ ਬਾਅਦ ਕਿਤੇ ਕੰਪਲੇਂਟ ਕਰਨੀ ਕਿ ਵੀ ਸਾਡੇ ਨਾਲ ਬੁਰਾ ਹੋਇਆ, ਉਹ ਇਕੱਠੇ ਹੋਏ, ਉਹਨਾਂ ਨੇ ਮੀਟਿੰਗ ਕੀਤੀ। ਉਹਨਾਂ ਨੇ ਪਹਿਲੀ ਗੱਲ ਇਹ ਕਹੀ ਕਿ ਸਾਡੇ ਕੋਲ ਸਾਡਾ ਆਪਣਾ ਮੁਲਕ ਹੋਣਾ ਚਾਹੀਦਾ, ਉਹਨਾਂ ਨੇ ਲੈ ਲਿਆ। ਇੱਕ ਮੈਂ ਬੇਨਤੀ ਕਰਦਾ ਜਾਵਾਂ, ਅੱਜ ਯਹੂਦੀ ਜੋ ਮੁਸਲਮਾਨਾਂ ਨਾਲ ਕਰ ਰਹੇ ਨੇ ਦਾਸ ਉਹਦੇ ਨਾਲ ਸਹਿਮਤ ਨਹੀਂ ਹੈ। ਮੇਰਾ ਇਤਿਹਾਸ ਦੱਸਣ ਦਾ ਮਤਲਬ ਹੈ ਕਿ ਯਹੂਦੀਆਂ ਨੇ ਆਪਣੀ ਜ਼ਿੰਦਗੀ 'ਚ ਕੀਤਾ ਕੀ ਹੈ। ਹੁਣ ਉਹਨਾਂ ਨੇ ਕੁਛ ਫੈਸਲੇ ਲਏ ਕਿ ਕੋਈ ਯਹੂਦੀ ਕਿਸੇ ਯਹੂਦੀ ਨੂੰ ਨੌਕਰੀ ਨਹੀਂ ਦੇਵੇਗਾ, ਯਹੂਦੀ ਹੈਲਪਸ ਯਹੂਦੀ, ਯਹੂਦੀ ਯਹੂਦੀ ਨੂੰ ਕਾਰੋਬਾਰ ਕਰਵਾਏਗਾ। ਅਸੀਂ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਵਾਂਗੇ, ਅਸੀਂ ਆਪਣੇ ਬੱਚਿਆਂ ਨੂੰ ਨਾਟਕ ਡਰਾਮਾ ਸੋਸ਼ਲ ਐਕਟੀਵਿਟੀਜ਼ ਭਾਗ ਲੈਣ ਦੀ ਇਜਾਜ਼ਤ ਦੇਵਾਂਗੇ, ਯਹੂਦੀ ਨਸ਼ਿਆਂ ਤੋਂ ਦੂਰ ਰਹਿਣਗੇ। 1945 ਤੋਂ ਬਾਅਦ ਇਹ ਫੈਸਲਾ ਹੁੰਦਾ, 1993 ਤੱਕ ਯਹੂਦੀਆਂ ਨੇ ਹੁਣ 193,1100 ਦੇ ਲਗਭਗ ਜਿਹੜੇ ਨੋਬਲ ਪ੍ਰਾਈਜ਼ ਨੇ ਦੁਨੀਆਂ ਦੇ ਵਿੱਚ 193 ਦੇ ਲਗਭਗ ਨੋਬਲ ਪ੍ਰਾਈਜ਼ ਜਿੱਤ ਲਏ ਸੀ, ਉਹ ਫਿਜਿਕਸ ਕੈਮਿਸਟਰੀ ਅਤੇ ਬਹੁਤ ਸਾਰੇ ਦੇ ਅੰਦਰ ਹੈ। ਅੱਜ ਵਰਲਡ ਦੀਆਂ ਜਿੰਨੀਆਂ ਵੀ ਵੱਡਾ ਮੀਡੀਆ ਆ, ਚਾਹੇ ਉਹ ਪ੍ਰਿੰਟ ਮੀਡੀਆ, ਉਹਤੇ ਕਬਜ਼ਾ ਯਹੂਦੀਆਂ ਦਾ ਆ। ਅਮਰੀਕਾ ਦੀ 49% ਇਕੋਨਮੀ 'ਤੇ ਕਬਜ਼ਾ ਯਹੂਦੀਆਂ ਦਾ ਆ। ਅਮਰੀਕਾ ਦੀ ਫਿਲਮ ਇੰਡਸਟਰੀ ਦਾ ਵੱਡਾ ਹਿੱਸਾ ਉਹਨਾਂ ਦੇ ਕਬਜ਼ੇ ਵਿੱਚ ਹੈ। ਗੁਕਸੀ ਰਵਾਨੀ ਵਰਗੀਆਂ ਵੱਡੀਆਂ ਵੱਡੀਆਂ ਕੰਪਨੀਆਂ ਯਹੂਦੀਆਂ ਦੀਆਂ ਨੇ। ਅੱਜ ਪੈਟਰੋਲੀਅਮ ਜਿਹੜਾ ਵਰਲਡ ਦੇ ਵਿੱਚ ਜਿਹਦੀ ਹਰੇਕ ਬੰਦੇ ਨੂੰ ਲੋੜ ਹੈ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਅਸਿੱਧੇ ਤੌਰ 'ਤੇ ਯਹੂਦੀ ਹੈ। ਜਦੋਂ ਅਸੀਂ ਯੂਨੀਵਰਸਿਟੀਜ਼ ਦੀ ਗੱਲ ਕਰਦੇ ਹਾਂ, ਵਰਲਡ ਦੀਆਂ 11 ਵੱਡੀਆਂ ਯੂਨੀਵਰਸਿਟੀਆਂ 'ਚੋਂ 6 ਯੂਨੀਵਰਸਿਟੀਆਂ ਦੇ ਮਾਲਕ ਯਹੂਦੀ ਨੇ। ਅਮਰੀਕਾ ਦੇ ਅੰਦਰ ਬਹੁਤ ਸਾਰੇ ਜਿਹੜੇ ਪ੍ਰੋਫੈਸਰ ਨੇ ਉਹ ਯਹੂਦੀ ਹੈ, ਭਾਵ ਉਹਨਾਂ ਨੇ ਦੇ ਆਰ ਦਾ ਅਨਕਰਾਊਂਡ ਪ੍ਰਿੰਸ ਆਫ ਦਾ ਵਰਲਡ ਰਾਈਟ ਨਾਓ ਯਹੂਦੀ, ਉਹਨਾਂ ਵੱਲ ਨੂੰ ਕੋਈ ਉਂਗਲੀ ਨਹੀਂ ਕਰ ਸਕਦਾ। ਔਰ ਇੱਕ ਛੋਟਾ ਜਿਹਾ ਕੰਟਰੀ, ਉਹਨਾਂ ਨੇ ਆਪਣੀ ਇੰਨੀ ਸਟਰੋਂਗ ਏਅਰਫੋਰਸ ਰੱਖੀ ਹੋਈ ਕਿ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ ਆ। 1945 ਦਾ ਉਹ ਸਮਾਂ ਸੀ ਜਦੋਂ ਸਿੱਖ ਕੌਮ ਜਾਂ ਤਾਂ ਬਰਾਬਰ ਦੀ ਜਾਂ ਫਿਰ ਯਹੂਦੀਆਂ ਤੋਂ ਜ਼ਿਆਦਾ ਤਾਕਤਵਰ ਕੌਮ ਸੀ, ਬਿਲਕੁਲ। ਪਰ ਅਸੀਂ ਸਾਰਾ ਕੁਛ ਭੁਲਾ ਦਿੱਤਾ। ਮੈਂ ਇੱਕ ਦੂਜੀ ਗੱਲ ਹੋਰ ਦੱਸ ਦਵਾਂ, ਨੌਰਥ ਇੰਡੀਆ ਦੇ ਅੰਦਰ ਕਰਨਾਲ, ਰੋਹਤਕ, ਸਭ ਜਗ੍ਹਾ ਦੇ ਡੀਸੀ ਸਿੱਖ ਹੁੰਦੇ ਸੀ, ਜਿਹੜੇ IAS ਆਫਿਸਰ ਹੁੰਦੇ ਸੀ। ਜਿਹੜਾ ਪਹਿਲਾ ਸਿੱਖ IAS ਹੋਇਆ ਉਹ ਹਰਿਆਣੇ 'ਚ ਲੱਗਿਆ ਰਿਹਾ, ਪਰ ਅੱਜ ਕਿਤੇ ਨਾ ਕਿਤੇ ਨਾ ਸਾਡੇ ਕੋਲ ਸਾਡੇ DC ਨੇ, ਪੰਜਾਬ ਦੇ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅੱਧਿਆਂ ਤੋਂ ਜ਼ਿਆਦਾ ਜਿਹੜੇ UP ਅਤੇ ਬਿਹਾਰ ਦੇ IAS ਅਤੇ IPS ਲੱਗੇ ਹੋਏ ਨੇ। ਸਾਡੇ ਬੱਚਿਆਂ ਨੂੰ ਇੱਕੋ ਹੀ ਗੱਲ ਉੱਥੇ ਸਿਖਾਈ ਜਾਂਦੀ ਹੈ ਕਿ ਤੁਸੀਂ ਜਿਹੜਾ ਹੈਗਾ ਆਪਣਾ IELTS ਕਰੋ ਅਤੇ ਬਾਹਰ ਜਾਓ।
ਇੱਥੇ ਦੀ ਲਾਈਫ ਉਨੀ ਸੌਖੀ ਥੋੜੀ ਹੈ, ਅੱਜ ਬੱਚਿਆਂ ਦਾ ਕੀ ਹਾਲ ਆ ਅਸੀਂ ਦੇਖ ਰਹੇ ਹਾਂ। ਇਸ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਜ਼ਿੰਦਗੀ ਦੇ ਹਰੇਕ ਪਹਿਲੂ ਤੇ ਚਾਨਣ ਪਾਇਆ, ਹਰੇਕ ਪਹਿਲੂ ਤੋਂ ਸਾਨੂੰ ਅਵੇਅਰ ਕਰਵਾਇਆ। ਅੱਜ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਪੁਜਾਰੀਆਂ ਦੇ ਅੱਡੇ ਬਣਨ ਦੀ ਬਜਾਏ ਅਸੀਂ ਆਪਣੇ ਜੀਵਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵਿਚਾਰਧਾਰਾ ਦੇ ਅਨੁਸਾਰ ਜੀਣਾ, ਉਹਨੂੰ ਜ਼ਿੰਦਗੀ 'ਚ ਧਾਰਨ ਕਰਨਾ, ਫਿਰ ਸਿੱਖ ਨੂੰ ਕਦੇ ਵੀ ਕਮੀ ਨਹੀਂ ਆਏਗੀ। ਇਸ ਕਰਕੇ ਮੱਲ ਅਖਾੜੇ ਵੀ ਚਾਹੀਦੇ ਆ, ਸਾਨੂੰ ਬਿਜ਼ਨਸ ਸੈਂਟਰ ਵੀ ਚਾਹੀਦਾ, ਸਾਨੂੰ ਸਮਾਜਿਕ ਗਤੀਵਿਧੀਆਂ ਵੀ ਚਾਹੀਦੀਆਂ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਇਹ ਸਾਰਾ ਕੁਛ ਧਰਮਸਾਲ ਗੁਰਦੁਆਰਾ ਸਾਹਿਬ ਸਥਾਪਿਤ ਕਰਕੇ ਕੀਤਾ। ਧਰਮਸਾਲ ਜਿਹੜਾ ਨਾਮ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੱਕ ਰਿਹਾ, ਅਤੇ ਗੁਰਦੁਆਰਾ ਨਾਮ ਜਿਹੜਾ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤਾ ਜੀ। ਤੁਸੀਂ ਗੱਲ ਕੀਤੀ ਆ ਦੋ ਤਲਵਾਰਾਂ ਦੀ, ਮੀਰੀ ਦੇ ਪੀਰੀ ਦੀ ਜੀ। ਕਈ ਵਾਰ ਇਤਿਹਾਸ ਦੇ ਵਿੱਚ ਸੁਣਨਾ ਨੂੰ ਮਿਲਿਆ ਵਾ, ਕਈ ਵਾਰ ਕੋਈ ਐਸੇ ਪ੍ਰਚਾਰਕ ਸਾਡੇ ਆਏ ਆ, ਉਹ ਕਹਿੰਦੇ ਜੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੇ ਤਲਵਾਰ ਬਣਾਉਣੀ ਸੀ ਅਤੇ ਉਹ ਪੁੱਠੀ ਪਾ ਦਿੱਤੀ, ਇਸ ਕਰਕੇ ਮੁੜ ਕੇ ਸਿੱਧੀ ਪਾਉਣੀ ਪੈ ਗਈ, ਕੀ ਸੱਚਾਈ ਕੀ ਆ? ਨੱਥ ਮਲ ਤੇ ਅਬਦੁੱਲਾ ਜੀ ਲਿਖਦੇ ਨੇ ਜੀ, ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇੱਥੇ ਤੇ ਜਹਾਂਗੀਰ ਦੀ ਪੱਗ ਤੋਂ ਸੋਹਣੀ ਦਸਤਾਰ ਮੇਰੇ ਸਤਿਗੁਰੂ ਮੀਰੀ ਪੀਰ ਦੇ ਮਾਲਕ ਦੀ ਸੀ। ਦੂਜਾ ਇੱਕ ਚੀਜ਼ ਦਾ ਹੋਰ ਧਿਆਨ ਰੱਖਿਆ ਜਾਵੇ, ਇਹ ਦੋਨੋਂ ਤਲਵਾਰਾਂ ਅੱਜ ਸਾਡੇ ਕੋਲ ਹੈ ਨਹੀਂ। ਬਾਬਾ ਬੁੱਢਾ ਜੀ ਵਰਗਾ ਮਹਾਨ ਵਿਦਵਾਨ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੱਕ ਪੰਜ ਭੂਤਕ ਸਰੀਰ ਵਿੱਚ ਰਹੇ ਨੇ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੀੜ ਬਾਬਾ ਬੁੱਢਾ ਜੀ ਦੇ ਵਿੱਚ ਟ੍ਰੇਨਿੰਗ ਦਿੱਤੀ ਹੈ। ਜਿੱਥੇ ਸਹਿਗਲ ਕਰਕੇ ਇੱਕ ਸਿੱਖ ਹੋਏ ਨੇ, ਉਹਨਾਂ ਨੇ ਘੋੜਸਵਾਰੀ ਸਿਖਾਲੀ ਹੈ ਗੁਰੂ ਸਾਹਿਬ ਜੀ ਨੂੰ, ਗੰਗਾ ਸਹਿਗਲ, ਉੱਥੇ ਹੀ ਬਾਬਾ ਬੁੱਢਾ ਜੀ ਨੇ ਵੀ ਜਿਹੜੀ ਯੁੱਧ ਵਿੱਦਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈ ਹੈ। ਔਰ ਦੂਜੀ ਗੱਲ, ਜਿਹੜੀਆਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਨੇ, ਇਹ ਪਹਿਲਾਂ ਬਣਵਾਈਆਂ ਗਈਆਂ ਨੇ। ਮੀਰੀ ਦੀ ਤਲਵਾਰ ਜਿਹੜੀ ਹੈ ਉਹ ਛੋਟੀ ਹੈ, ਪੀਰੀ ਦੀ ਤਲਵਾਰ ਉਹ ਵੱਡੀ ਹੈ। ਇਹ ਗਲਤੀ ਨਾਲ ਨਹੀਂ ਪਹਿਨਾਈ ਗਈ, ਇਹ ਬਿਲਕੁਲ ਗਲਤ ਧਾਰਨਾ ਆ। ਜਿਹੜਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ ਦਿੱਤਾ, ਜਾ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਕ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਉਸ ਸਿਧਾਂਤ ਨੂੰ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਕੀਤੀ, ਹੁਣ ਲਾਗੂ ਕਰਨ ਦੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਨੇ, ਤੇ ਸਿੱਖ ਨੌਜਵਾਨ ਜਿਹਨਾਂ ਨੂੰ ਸੱਦਾ ਦਿੱਤਾ ਗਿਆ, ਪਹਿਲਾਂ 52 ਭਰਤੀ ਕੀਤੇ, 200 ਭਰਤੀ ਕੀਤੇ, ਉਹਨਾਂ ਦੇ ਜਰਨੈਲ ਲਾਏ ਗਏ ਜੀ। ਇਸ ਕਰਕੇ ਇਹ ਗੱਲ ਕਦੀ ਵੀ ਨਹੀਂ ਹੋ ਸਕਦੀ ਕਿ ਬਾਬਾ ਬੁੱਢਾ ਜੀ ਵਰਗਾ ਵਿਦਵਾਨ ਜਿਹੜਾ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਰਿਹਾ ਇਹੋ ਜਿਹੀ ਗਲਤੀ ਕਰ ਜਾਵੇ, ਇਹ ਬਿਲਕੁਲ ਨਿਰਮੂਲ ਗੱਲ ਹੈ ਜੀ। ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਵੱਖੋ ਵੱਖਰੀ ਕਿਰਪਾਨ ਛੋਟੀ ਆ ਇੱਕ ਵੱਡੀ ਆ, ਇਸੇ ਤਰ੍ਹਾਂ ਜਿਹੜੇ ਨਿਸ਼ਾਨ ਵੀ ਲੱਗੇ ਆ ਨਿਸ਼ਾਨ ਸਾਹਿਬ ਜੀ, ਬਿਲਕੁਲ ਜੀ, ਉਹਨਾਂ ਦੇ ਵਿੱਚ ਵੀ ਫਰਕ ਆ। ਪੀਰੀ ਦਾ ਨਿਸ਼ਾਨ ਸਾਹਿਬ ਉੱਚ ਹੈ, ਜਿਹੜੀ ਪੀਰੀ ਦੇ ਆਪਾਂ ਹੁਣੇ ਸ਼ੇਅਰ ਦੀ ਗੱਲ ਕੀਤੀ ਨਾ ਕਿ ਜਦੋਂ ਉਹ ਦੀ ਸਿਆਸਤ ਤੇ ਤੋਂ ਰਹਿ ਜਾਂਦੀ ਹੈ ਚੰਗੀ ਜੀ, ਅਸਲ ਦੇ ਵਿੱਚ ਜਿਹੜਾ ਸਾਡੇ ਕੋਲ ਗੁਰਬਾਣੀ ਚ ਆਉਂਦਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ, ਤਾਕਤ ਉਹਨਾਂ ਲੋਕਾਂ ਦੇ ਹੱਥ ਵਿੱਚ ਦੇਣੀ ਜਿਹੜੇ ਪ੍ਰਭੂ ਦੀ ਕਚਹਿਰੀ ਵਿੱਚ ਪਰਵਾਨੇ ਹੋਏ ਮਨੁੱਖ ਹੋਣ। ਇਸ ਲਈ ਨਿਸ਼ਾਨ ਜਿਹੜਾ ਪੀਰੀ ਦਾ ਉੱਚਾ ਝੂਲਦਾ ਤੇ ਉਹ ਤੋਂ ਥੋੜ੍ਹਾ ਜਿਹਾ ਥੱਲੇ, ਭਾਵ ਪੀਰੀ ਦੇ ਥੱਲੇ ਮੀਰੀ ਨੇ ਰਹਿਣਾ। ਜਿਹੜੇ ਧਰਮ ਨੂੰ ਸਮਰਪਿਤ ਲੋਕ ਹੋਣ, ਜਿਹੜੇ ਧਰਮ ਨੂੰ ਸਮਝਦੇ ਹੋਣ, ਉਹਨਾਂ ਦੇ ਹੱਥ 'ਚ ਮੀਰੀ ਦੇਣੀ ਆ, ਨਹੀਂ ਤੇ ਜ਼ੁਲਮ ਹੋਏਗਾ। ਔਰੰਗਜ਼ੇਬ ਕੀ ਕਰਦਾ ਸੀ? ਜ਼ੁਲਮ ਹੀ ਤਾਂ ਕਰਦਾ ਸੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸ਼ਹੀਦ ਹੋ ਜਾਂਦੇ ਆ ਜੀ, ਤੇ ਕੋਈ ਫੌਜ ਨਹੀਂ ਜੀ, ਕੋਈ ਕੁਛ ਨਹੀਂ, ਜਿਸ ਤਰ੍ਹਾਂ ਦੱਸਿਆ ਘੋੜੇ ਵਧੀਆ ਸਿੱਖ ਰੱਖ ਰਹੇ ਆ ਜੀ, ਤੇ ਛੇਵੇਂ ਪਾਤਸ਼ਾਹ ਇਕਦਮ ਸਾਰਾ ਕੁਛ ਸ਼ਾਹੀ ਠਾਠ ਬਾਠ ਰੱਖ ਰਹੇ ਆ। ਦੇਖੋ ਇਤਿਹਾਸਕ ਸੱਚ ਇਹ ਹੈ, ਜੋ ਕੁਛ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ, ਉਹਦਾ ਹੁਕਮ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹੀ ਦੇ ਗਏ ਸੀ ਜੀ। ਜਿਹੜਾ ਤੁਸੀਂ ਹੁਣੇ ਸ਼ੇਅਰ ਪੜਿਆ, ਮੇਰੀ ਸਦ ਕੋ ਦਬਾਨਾ ਤੋਂ ਮੁਮਕਿਨ ਹੈ, ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ, ਮੇਰੇ ਖਿਆਲ ਕੇ ਪਰਵਾਜ਼ ਕੋ ਰੋਕਨੇ ਵਾਲੋ, ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਇੱਥੋਂ ਜਦੋਂ ਅਸੀਂ ਗੱਲ ਸ਼ੁਰੂ ਕਰਦੇ ਹਾਂ, ਗੁਰੂ ਸਾਹਿਬ ਲਾਹੌਰ ਨੂੰ ਤੁਰਨ ਲੱਗੇ ਕਹਿ ਕੇ ਗਏ ਨੇ, ਹੁਕਮ ਲਾ ਕੇ ਗਏ ਨੇ, ਬੇਟਾ ਅਸੀਂ ਲਾਹੌਰ ਚੱਲੇ ਹਾਂ, ਸਾਡੇ ਇਤਿਹਾਸ 'ਚ ਲਿਖਿਆ ਹੋਇਆ ਅਸੀਂ ਜਾਣਾ ਲਾਹੌਰ, ਲੱਗਣਾ ਹੈ ਸੀ ਸੇ ਨਿਸ਼ਚਾ ਆਇਆ। ਬੇਟਾ ਅਸੀਂ ਸ਼ਹਾਦਤ ਦੇ ਕੇ ਗਵਾਹੀ ਭਰ ਚੱਲੇ ਹਾਂ,
इस तो बाद जे जालम ना सुधरिया तो तलवार चुक के जुल्म नू नेस्तो नबूत कर दियो। जिहड़ी पहली जंग 1628 दी अमृतसर साहब दी होई सी वो लड़ाई की सी, एक बाज तो लड़ाई हुई है ना, उत्थे गुरु साहब का फरमान है बाज ताज तो मरे सब लीने इन सिखम को अब है दीने। ये लड़ाई जाके लाहौर हाकमां नू भी सिपाहियां ने यही किया सी कि अज ते गुरु दे सिखां ने बाज फड़िया कल ते ताज नू हथ पाउणगे। ते साडे कोल सिख इतिहास दे प्रमाण ने गुरु साहब वल्लों लिखे हुए, बाज ताज तुमरे सब लीने इन सिखन को अब है देने, तुसी बाज मंगण आए हो असि तुहाडा ताज लैके भी सिखां नू दे देना। हुण गुरु हरगोबिंद साहब सच्चे पातशाह जी महाराज जी नू जदों असी गल करदे हां जी, सब तो पहला गुफ्तार हुंदी है, गलबात हुंदी है, फिर साडी रफ्तार असी किवें चलदे आ, असी उस गुफ्तार दे विचों की प्राप्त कीता है जी, फिर अगे जाके तलवार आउंदी। हुण गुफ्तार रफ्तार तो बाद तलवार जिहड़ी धन गुरु हरगोबिंद साहब सच्चे पातशाह जी महाराज जी ने लै ली, तलवार लैण तो बाद पहला काम की कीता है, अकाल तख्त साहब की स्थापना की, दिल्ली दे तख्त तो उच्चा तख्त स्थापित कर दिता, कीता कीड़ा अकाल का तख्त जिहड़ा सदीवी है, जब तक दुनिया रहेगी धन गुरु हरगोबिंद साहब सच्चे पातशाह जी महाराज जी का बख्शिश जी अकाल का तख्त अकाल तख्त साहब साढ़े को रहेगा। हुण दूजी गल बनाने वाले कौन ने, इतिहास लिखा होया किसी राज नहीं हथ लगायो बुढ़े और गुरदास बनायो, बाबा बुढ़ा जी ते भाई गुरदास जी ने बनाया। हुण इस अकाल तख्त की स्थापना का यह मतलब यह है कि इहदे उत्तों फैसले होणगे, इहदा मतलब है जिहड़ी राज की बख्शिश है मीरी ते पीरी इक्को ही जगह ते सामने सामने कर दित्तियां, एक पासे अध्यात्मिकता दा खजाना धन गुरु अर्जन साहब सच्चे पातशाह जी महाराज जी की बख्शिश, सामने उहदे अकाल तख्त ताकत मीरी ते पीरी का निशान जे दुनिया विच किते इकट्ठा झूलदा है तो अमृतसर साहब सच्चे पातशाह जी महाराज गुरु साहब की बख्शिश करके ही झूलदा जी। हुण जदों पहली जंग हुई है यकीन करो सिख इतिहास नूं पढ़ के ते देखो जिथे खालसा कॉलेज है इहदे लागे छागे जंग हुई है, इस जंग दे विच पहली रात की लड़ाई तो बाद रात दे समय च तोप की लोड़ पै गई, तूत दे मोछे विच छेक करके उहदे उत्ते लोहे दे छल्ले चढ़ा के पहली तोप ही सिख इतिहास की धन गुरु हरगोबिंद साहब सच्चे पातशाह जी महाराज जी ने बनाई है। और एक गल होर इतिहास की जिहड़ी खास करके आ, कुछ एक लोग ऐसे सी जिन्हां नूं जबरदस्ती मुसलमान बनाया गया सी, ते आपां आउण वाले दिन दे गल करांगे, उन्हां नूं वापस गुरु साहब सिक्खी च लैके आए ने। और एक जिहड़ा इतिहास का बहुत वड्डा पेच है, शायद ये अज पहली बारी गल हो रही होवे, गुरु साहब जदों गुजरात ये शहर पैंदा जिहड़ा इत्थे दौरे दौरे ते गए ने, ये पाकिस्तान दे विच पैंदा, इत्थे शाह दौला गुरु साहब नूं सवाल करदा है भी तुसी व्याहे होए भी हो तुहाडे औलाद भी है ते तुसी फकीर भी हो। गुरु साहब का जवाब बड़ा प्यारा सी, धन गुजरान पुत्रन निशान पीर हिंदू ना मुसलमान, ये शाह दौले नूं उपदेश दिता सी। ते दूजा श्रीनगर ये पैंदा हैगा उत्तराखंड च पैंदा होना, इत्थे समर्थ रामदास जिहड़ा शिवाजी मरहट्टे का गुरु सी ओह आया, उन्हें जदों धन गुरु हरगोबिंद साहब सच्चे पातशाह जी महाराज जी के दर्शन किए, उन्हें सवाल किया गुरु साहब तुहाडे ठाठ भी बड़े ने, दस्तार भी सजाई हुई है, तुसी घोड़सवारी भी करते हो, तो यह की है? गुरु साहब ने जदों समर्थ रामदास नूं समझाया कि मीरी ते पीरी कठियां नहीं चलणगियां ते स्वै माण दी जिंदगी नहीं कढ़ी जा सकदी, असीं पीर दी पीरी ते मीर दी मीरी दोनों की समर्था रखते हैं, इतने जुल्म नूं रोकण दे लई इह जरूरी है। और समर्थ रामदास जिहड़ा शिवाजी मरहट्टे का गुरु है, उन्हें धन गुरु हरगोबिंद साहब सच्चे पातशाह जी महाराज जी नूं मत्था टेकिया और पता क्या की, यह बात हमारे मन भावती है, यह गल मेरे मन नूं लगती है, उन्हें जाके फिर शिवाजी मरहट्टे नूं समझाया मराठिया ने जिहड़ी तलवार चक्की है वह भी बख्शिश मेरे सतगुरु मीरी पीरी दे मालक धन गुरु हरगोबिंद साहब सच्चे पातशाह जी महाराज जी दी है। गुरु हरगोबिंद साहब महाराज ने होर की जिहड़ी देण आ सिखां, देखो जिहड़ा सिखां दा पहला मिलिट्री स्कूल है जी ड्रोली भाई की दे अंदर जी, वह बाहरले पासे जदों असी जिहड़ा गुरद्वारा साहब जिथे हैगा पई उस तो थोड़ा ही दूर जाके शहर पिंड दे बाहरले पासे
ਥੇ ਆ ਅੱਜ ਜਿੱਥੇ ਇੱਕ ਬਾਬਾ ਗੁਰਨਾਮ ਸਿੰਘ ਨਾਂ ਦਾ ਕੋਈ ਹੈਗੇ ਨੇ ਉਹ ਗੁਰਦੁਆਰਾ ਸਾਹਿਬ ਬਣਾਉਣ ਦੀ ਮਤਲਬ ਕੁਛ ਸਾਲ ਪਹਿਲਾਂ ਮੈਂ ਗਿਆ ਸੀ ਅਤੇ ਬਣਾਉਣ ਦੀ ਗੱਲ ਕਰ ਰਹੇ ਸੀ ਅਤੇ ਇੱਥੇ ਸਿੱਖਾਂ ਦਾ ਪਹਿਲਾ ਮਿਲਟਰੀ ਸਕੂਲ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੀ ਖੋਲ੍ਹਿਆ ਸੀ ਜਿਹੜੇ ਪਹਿਲੀਆਂ ਸੰਸਥਾਵਾਂ ਚੱਲਦੀਆਂ ਸੀ ਉਹਨਾਂ ਸੰਸਥਾਵਾਂ ਨੂੰ ਬਰਕਰਾਰ ਰੱਖਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖ ਫੌਜ ਭਰਤੀ ਕੀਤੀ ਚਾਰ ਜੰਗ ਲੜੇ ਚੌਹਾਂ ਵਿੱਚ ਜਿੱਤ ਪ੍ਰਾਪਤ ਕੀਤੀ ਇੱਕ ਗੱਲ ਮੈਂ ਇੱਥੇ ਹੋਰ ਅੱਜ ਜਿਹੜੀ ਕਰਨੀ ਚਾਹੁੰਦਾ ਜਿਹਨੂੰ ਪ੍ਰਿੰਸੀਪਲ ਸਤਵੀਰ ਸਿੰਘ ਜੀ ਗੁਰ ਭਾਜੀ ਦੇ ਅੰਦਰ ਲਿਖਦੇ ਨੇ ਇਹ ਗੱਲ ਸ਼ਾਇਦ ਪਹਿਲੀ ਵਾਰੀ ਹੋ ਰਹੀ ਹੋਵੇ ਜਾਂ ਮੇਰੇ ਤੋਂ ਪਹਿਲਾਂ ਕੁਛ ਵਿਦਵਾਨਾਂ ਨੇ ਕੀਤੀ ਹੋਵੇ ਦਾਸ ਤੇ ਕੋਈ ਵਿਦਵਾਨ ਨਹੀਂ ਹੈ ਗੁਰੂ ਨਾਨਕ ਦੇ ਘਰ ਦਾ ਕੁੱਕਰ ਹੈ ਜਿਹੜੀ ਸਮਰਥ ਗੁਰੂ ਸਾਹਿਬ ਬਖਸ਼ਦੇ ਨੇ ਉਹਦੇ ਮੁਤਾਬਕ ਵਿਚਾਰ ਕਰਦੇ ਹਾਂ 1635 ਦਾ ਸਮਾਂ ਹੈ ਜੀ 1635 ਦੇ ਵਿੱਚ ਧਰਮ ਪ੍ਰਚਾਰ ਦੇ ਲਈ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕੀਰਤਪੁਰ ਤੋਂ ਜਾਂਦੇ ਨੇ ਪ੍ਰਚਾਰ ਦੇ ਲਈ ਰੋਪੜ ਜ਼ਿਲ੍ਹੇ 'ਚ ਇੱਥੇ ਇੱਕ ਪਿੰਡ ਪੈਂਦਾ ਬ੍ਰਾਹਮਣ ਮਾਜਰਾ ਦੋ ਪਿੰਡ ਨੇ ਇੱਕ ਮਲਕਪੁਰ ਰੰਗੜਾ ਇੱਕ ਮਲਕਪੁਰ ਗੁਜਰਾ ਮਲਕਪੁਰ ਗੁਜਰਾ ਜਿੱਥੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋਏ ਸੀ 150 ਸਿੰਘ ਸ਼ਹੀਦ ਹੋ ਗਏ ਭਾਈ ਬਚਿੱਤਰ ਸਿੰਘ ਅਤੇ ਪਾਲਕ ਜ਼ੋਰਾਵਰ ਸਿੰਘ ਇਹ ਜ਼ਖਮੀ ਹੋਏ ਸੀ ਇੱਥੋਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਉਹਨੂੰ ਕੋਟਲਾ ਨਿਹੰਗ ਖਾਨ ਲੈ ਕੇ ਗਏ ਸੀ ਭਾਈ ਬਚਿੱਤਰ ਸਿੰਘ ਉੱਥੇ ਜਾ ਕੇ ਉਹ ਸੰਪੂਰਨ ਉਹਨਾਂ ਦਾ ਜਿਹੜਾ ਹੈਗਾ ਪੰਜ ਪੁੱਤਰ ਸ਼ਰੀਰ ਤੈਅ ਗਿਆ ਸੀ ਸ਼ਹੀਦ ਹੋਏ ਸੀ ਜਿਹੜਾ ਮਲਕਪੁਰ ਗੁਜਰਾਂ ਗੁਰੂ ਸਾਹਿਬ ਪ੍ਰਚਾਰ ਕਰ ਰਹੇ ਸੀ ਰੋਪੜ ਵਾਲਿਆਂ ਨੇ ਦੇਖਿਆ ਲਾਹੌਰ ਵਾਲਿਆਂ ਦੇ ਵੀ ਗੁਰੂ ਸਾਹਿਬ ਨੇ ਭਜਾ ਦਿੱਤਾ ਉਹਨਾਂ ਨੂੰ ਵੀ ਮੁਖਲਿਸਾਂ ਸਿਰ ਵਢਵਾ ਗਿਆ ਜਲੰਧਰ ਵਾਲਿਆਂ ਨੇ ਕਰਤਾਰਪੁਰ ਹਮਲਾ ਕੀਤਾ ਉਹ ਵੀ ਭੱਜ ਗਏ ਕਰਤਾਰਪੁਰ ਸਾਹਿਬ ਦੀ ਜੰਗ ਵੀ ਜਿਹੜੀ ਅਖੀਰਲੀ ਜੰਗ ਇਸ ਇਲਾਕੇ ਦੀ ਗੁਰੂ ਸਾਹਿਬ ਨੇ ਜਿੱਤੀ ਉਹ ਵੀ ਹੁਣ ਪੜਾਹੀ ਵੀ ਹਮਲਾ ਹੋਇਆ ਗੁਰੂ ਸਾਹਿਬ ਨੇ ਉਹ 'ਤੇ ਵੀ ਜਿੱਤ ਪ੍ਰਾਪਤ ਕੀਤੀ ਸੋ ਗੁਰਦੁਆਰਾ ਸੁਖਚੈਨਾਣਾ ਸਾਹਿਬ ਜਿਹੜਾ ਫਗਵਾੜੇ ਵਾਲਾ ਉੱਥੇ ਸਤਿਗੁਰੂ ਸਾਹਿਬ ਨੇ ਆਰਾਮ ਕੀਤਾ ਵੀ ਅੱਜ ਤੇ ਗੁਰੂ ਪ੍ਰਚਾਰ ਲਈ ਆਇਆ ਨਾਲ ਤੇ 60-70 ਸਿੱਖ ਨੇ ਹੋਵੇ ਨਾ ਅਸੀਂ ਦਿੱਲੀ ਦਰਬਾਰ ਦੀ ਵਾਹ ਵਾਹ ਹੀ ਲੈ ਲਈਏ ਅਸੀਂ ਤੇ ਗੁਰੂ ਸਾਹਿਬ 'ਤੇ ਹਮਲਾ ਕਰ ਦਿੰਦੇ ਹਾਂ 6-7 ਹਜ਼ਾਰ ਫੌਜ ਨੇ ਹਮਲਾ ਕੀਤਾ 6-7 ਹਜ਼ਾਰ ਦੀ ਗਿਣਤੀ ਹੈ ਗੁਰੂ ਸਾਹਿਬ ਨੇ ਪੈਂਤਰਾ ਲਿਆ ਬਾਹਮਣ ਮਾਜਰੇ ਇੱਕ ਕੱਚੀ ਗੜੀ ਸੀ ਜਿਹਦੇ ਦੋ ਦਰਵਾਜ਼ੇ ਨੇ ਅਤੇ ਦੋਨਾਂ ਨੂੰ ਫਾਟਕ ਬੰਦ ਕਰਨ ਨੂੰ ਹੈ ਨਹੀਂ ਇਹਦੇ ਅੰਦਰ ਗੁਰੂ ਸਾਹਿਬ ਨੇ ਲਿਆ ਨਾਲ ਸਿਰਫ 60-70 ਸਿੱਖ ਨੇ ਗੁਰੂ ਸਾਹਿਬ ਨੇ ਜਿਹੜੀ ਪਹਿਲੀ ਆਵਾਜ਼ ਮਾਰੀ ਸਿੱਖਾਂ ਨੂੰ ਸਿੱਖੋ ਜਿੱਲਤ ਦੀ ਜ਼ਿੰਦਗੀ ਨਾਲੋਂ ਇੱਜ਼ਤ ਦੀ ਸ਼ਹਾਦਤ ਚੜ੍ਹਦੀ ਕਲਾ 'ਚ ਹੋਣੀ ਚਾਹੀਦੀ ਹੈ ਅਤੇ ਮੈਦਾਨੇ ਜੰਗ ਦੇ ਅੰਦਰ ਸਿੱਖ ਡੱਟ ਗਏ ਗੜੀ ਦੇ ਜਿਹੜੇ ਸਾਈਡਾਂ 'ਤੇ ਉਹ ਜਿਹੜਾ ਉਹਨਾਂ ਨੇ ਮੋਰਚੇ ਲਾ ਲਏ ਸੈਂਟਰ 'ਚ ਗੁਰੂ ਸਾਹਿਬ ਖੜ੍ਹ ਗਏ ਆਪਣੇ ਤੀਰਾਂ ਦੇ ਨਾਲ ਦੋਨਾਂ ਦਰਵਾਜ਼ਿਆਂ ਤੋਂ ਸਾਰੀ ਰਾਤ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ ਔਰ ਸੁਨੇਹਾ ਭੇਜਿਆ ਗਿਆ ਕੀਰਤਪੁਰ ਸਾਹਿਬ 1100 ਦੀ ਫੌਜ ਲੈ ਕੇ ਭਾਈ ਬੀਬੀ ਚੰਦ ਹੋਣੀ ਆਏ ਦੂਜੇ ਦਿਨ ਸਵੇਰੇ ਰੋਪੜ ਦੇ ਗੁਜਰਾਂ ਨੂੰ ਭਜਾ ਭਜਾ ਕੇ ਮਾਰਿਆ ਇਹ ਇਤਿਹਾਸ ਗੁਰਭਾਰੀ ਦੇ ਅੰਦਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਹੁਣ ਇਹ ਸਮਝਣ ਦੀ ਲੋੜ ਹੈ ਜਿੱਥੇ ਚਮਕੌਰ ਦੀ ਗੜੀ ਅਸੀਂ ਆਪ ਢਾਲੀ ਪੱਥਰ ਲਾਉਣ ਦੇ ਨਾਂ ਅਸੀਂ ਕਿਤੇ ਬ੍ਰਾਹਮਣ ਮਾਜਰੇ ਦੀ ਗੜੀ ਵੀ ਆਪ 'ਤੇ ਨਹੀਂ ਢਾਈ ਜਿੰਨੇ ਵੀ ਇਤਿਹਾਸਕ ਕਿਲ੍ਹੇ ਇਤਿਹਾਸਕ ਸਥਾਨ ਰਾਜਸਥਾਨ 'ਚ ਬਣੇ ਹੋਏ ਨੇ ਗੁਰੂ ਸਾਹਿਬ ਨੇ ਕਿਲ੍ਹੇ ਬਣਾਉਣੇ ਸ਼ੁਰੂ ਕੀਤੇ ਨੇ 1591 ਦੇ 1691 ਦੇ ਵਿੱਚ 1691 'ਚ ਕਿਲ੍ਹੇ ਬਣਾਉਣੇ ਸ਼ੁਰੂ ਕੀਤੇ ਆ ਸਾਡੇ ਕੋਲ ਕੁਛ ਵੀ ਨਹੀਂ ਬਚਿਆ ਰਾਜਸਥਾਨ ਦੇ ਵਿੱਚ ਸਭ ਕੁਛ ਹੈ ਇਹ ਸਾਜਿਸ਼ ਦੇ ਤਹਿਤ ਸਾਡੇ ਬੱਚਿਆਂ ਨੂੰ ਬਠਿੰਡੇ ਵਾਲਾ ਕਿਲ੍ਹਾ ਕਿੰਨਾ ਪੁਰਾਣਾ ਬਿਲਕੁਲ ਸਭ ਤੋਂ ਪੁਰਾਣਾ ਸ਼ਹਿਰ ਪੰਜਾਬ ਦਾ ਬਠਿੰਡਾ ਹੀ ਤੇ ਹੈ 198 ਈਸਵੀ ਦਾ ਵਸਿਆ ਹੋਇਆ ਉਹ ਖੜਾ ਲੇਕਿਨ ਆਨੰਦਪੁਰ ਸਾਹਿਬ ਦੀਆਂ ਨਿਸ਼ਾਨੀਆਂ ਮੇਰੇ ਸਤਿਗੁਰੂ ਨੇ ਆਪਣੇ ਕਰ ਕਮਲਾਂ ਨਾਲ ਆਪ ਰੱਖੀਆਂ ਹੋਣਗੀਆਂ ਸਾਰਾ ਕੁਛ ਢਾ ਕੇ ਅਸੀਂ ਕਾਰ ਸੇਵਾ ਦੇ ਨਾਂ 'ਤੇ ਮਲੀਆ ਮੇਟ ਕਰ ਦਿੱਤਾ ਆਪਣੇ ਬੱਚਿਆਂ ਨੂੰ ਦਿਖਾਲਣ ਨੂੰ ਕੀ ਹੈ ਅੱਜ ਜਿਹੜੀਆਂ ਵਿਚਾਰਾਂ ਚੱਲਦੀਆਂ ਨੇ ਕਿ ਆਪਾਂ ਚਮਕੌਰ ਦੀ ਗੜੀ ਵਰਗੀ ਗੜੀ ਦੁਬਾਰਾ ਬਣਾਉਣੀ ਆ ਜਿੰਨਾ ਕੁ ਸਾਡੇ ਕੋਲ ਹੈ ਜੇ ਉਹਨੂੰ ਸੰਭਾਲ ਲਿਆ ਜਾਵੇ ਸਾਡੇ ਬੱਚਿਆਂ ਨੂੰ ਦਿਖਾਲਣ ਦੇ ਲਈ ਮੈਂ ਸਮਝਦਾ ਇਹ ਬਹੁਤ ਵੱਡੀ ਗੱਲ ਹੋਵੇਗੀ ਬ੍ਰਾਹਮਣ ਮਾਜਰੇ ਦੀ ਗੜੀ ਦਾ ਵੀ ਸਾਨੂੰ ਜ਼ਰੂਰ ਇੱਕ ਵਾਰੀ ਵਿਚਾਰਨਾ ਚਾਹੀਦਾ ਕਿ ਅਸੀਂ ਆਪ ਢਾਈ ਹੈ ਜਾਂ ਕਿਸੇ ਸਾਜਿਸ਼ ਦੀ ਜਗ੍ਹਾ 'ਤੇ ਇਹਨੂੰ ਪ੍ਰਿੰਸੀਪਲ ਸਤਵੀਰ ਸਿੰਘ ਜੀ ਜ਼ਿਕਰ ਕਰਦੇ ਨੇ ਬਕਾਇਦਾ ਸੋ ਸਾਡੀ ਜਿਹੜੀ ਜੀ ਗੱਲਬਾਤ ਅੱਜ ਚੱਲ ਰਹੀ ਆ ਸਰਦਾਰ ਸੋਹਣ ਸਿੰਘ ਜੀ ਹੁਣਾਂ ਦੇ ਨਾਲ ਖਾਲਸਾ ਜੀ ਦੇ ਨਾਲ ਔਰ ਤੁਸੀਂ ਜਿਹੜਾ ਪ੍ਰੋਗਰਾਮ ਦੇਖ ਰਹੇ ਹੋ ਬੋਪਰਾ ਸ਼ੋਅ ਦੇ ਨਾਲ ਜੁੜੇ ਹੋ ਆਸ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋਗੇ ਇੱਕ ਰਿਕੁਐਸਟ ਕਰਨੀ ਹੈ ਸਾਡੇ ਭੈਣ ਭਰਾਵਾਂ ਨੂੰ ਦਰਸ਼ਕਾਂ ਨੂੰ ਸਾਡਿਆਂ ਨੂੰ ਕਿ ਸਾਨੂੰ ਕਾਲ ਨਾ ਕਰਿਓ ਅਸੀਂ ਗੱਲਬਾਤ ਹੀ ਕਰਨੀ ਚਾਹੁੰਦੇ ਹਾਂ
क्योंकि कॉलां जदों आउंदियां तां साडा समां जिहड़ा है आपस विच गल्लां बातां करदिआं काफ़ी निकल जांदा। असीं चाहुंदे हां कि तुहानूं वध तों वध जिहड़ी आ जानकारी दईए, पर फेसबुक जां यूट्यूब ते तुसीं नाल जुड़े हो तां कमेंट जरूर करने कि तुहानूं प्रोग्राम किस तरह का लगा वा ਇਹ ਤੁਸੀਂ। ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਦਲਕਰਨ ਸਿੰਘ ਬੋਪਰਾ ਜੀ ਦਾ ਟਾਈਮ ਆਏਗਾ, ਇੱਕ ਦਿਨ ਰੱਖਾਂਗੇ ਉਦੋਂ ਅਸੀਂ ਸਾਰੀਆਂ ਕੱਲ੍ਹ ਹੀ ਲਵਾਂਗੇ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਦਲਕਰਨ ਸਿੰਘ ਬੋਪਰਾ ਵੱਲੋਂ ਜੋ ਟ੍ਰਾਈ ਸਿਟੀ ਦੇ ਨਾਲ ਕੰਮ ਕਰਦੇ ਆ ਉਹਨਾਂ ਵੱਲੋਂ ਸਪੌਂਸਰਡ ਆ, ਔਰ ਤੁਸੀਂ ਕਿਸ ਤਰ੍ਹਾਂ ਦੇ ਵੀ ਘਰ ਵੇਚਣਾ ਖਰੀਦਣਾ ਤਾਂ ਦਲਕਰਨ ਸਿੰਘ ਬੋਪਰਾ ਦੇ ਨਾਲ 647-206-1600 ਦੇ ਉੱਤੇ ਸੰਪਰਕ ਕਰ ਲੈਣਾ। ਔਰ ਨਾਲ ਦੀ ਨਾਲ ਜਿਹੜਾ ਆਪਣਾ ਗੁਰੂ ਨਾਨਕ ਸੇਵਾ ਲੰਗਰ ਲੰਗਰ ਐਂਡ ਸੇਵਾ ਸੁਸਾਇਟੀ ਵੱਲੋਂ ਵੀ ਜਿਹੜਾ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਜਾਣ ਲੈਣੀ ਹੈ ਤਾਂ ਮਨਜੀਤ ਸਿੰਘ ਜੀ ਪਿੰਡਰ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਜੀ। ਸੋ ਆਓ ਇੱਕ ਛੋਟੀ ਜਿਹੀ ਬ੍ਰੇਕ ਅਤੇ ਉਸ ਤੋਂ ਬਾਅਦ ਫਿਰ ਅਗਲੀ ਲੜੀ ਨੂੰ ਆਪਾਂ ਜੋੜਦੇ ਹਾਂ ਜੀ।